ਹਾਂਜੀ ਦੋਸਤੋ ਐਮਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅਗਰ ਤੁਸੀਂ 8ਵੀਂ ਪਾਸ ਹੋ ਪੰਜਾਬੀ ਵਿਸ਼ੇ ਨਾਲ ਤੁਸੀਂ 8ਵੀਂ ਪਾਸ ਕੀਤੀ ਹੈ ਜੀ ਉਮਰ ਹੈ ਜੀ ਤੁਹਾਡੀ 1869 ਸਾਲ ਤਾਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਡਿਪਾਰਟਮੈਂਟ ਆਫ ਸੋਇਲ ਸਾਇੰਸ ਲੁਧਿਆਣਾ ਦੇ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਸ ਸੰਬੰਧ ਵਿੱਚ ਅਸੀਂ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਕਿਵੇਂ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਕੌਣ-ਕੌਣ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਹੈ ਲਾਸਟ ਡੇਟ ਕੀ ਹੈ ਜੀ ਕਦੋਂ ਇੰਟਰਵਿਊ ਹੋਵੇਗੀ ਜੀ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਦੇਵਾਂਗੇ ਅਗਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਇਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰਾਮ ਚੈਨਲ ਵੀ ਹੈ ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਵੇਗਾ ਸਾਡੇ ਉਸ ਟੈਲੀਗ੍ਰਾਮ ਚੈਨਲ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜਿਹੀ ਭਰਤੀ ਆਉਂਦੇ ਜਿਸ ਨੂੰ ਪਰ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉੱਥੇ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਅਪਲੋ ਕੁਝ ਨੌਕਰੀਆਂ ਦੀ ਜਾਣਕਾਰੀ ਅਸੀਂ YouTube ਚੈਨਲ ਦੇ ਉੱਤੇ ਨਹੀਂ ਪਾਉਂਦੇ ਉਹ ਸਾਡਾ ਇੱਕ Facebook ਪੇਜ ਹੈ ਜੀ ਜੋ MD Job Alerts ਦੇ ਨਾਮ ਦੇ ਉੱਤੇ ਹੈ ਜੀ ਸਾਡੇ ਉਸ ਪੇਜ ਨੂੰ ਵੀ ਫੋਲੋ ਕਰ ਲਵੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਯਾਨੀ ਕਿ ਖੇਤੀਬਾੜੀ ਯੂਨੀਵਰਸਿਟੀ ਪੰਜਾਬ ਦੇ ਵੱਲੋਂ ਜੀ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਿਪਾਰਟਮੈਂਟ ਹੈ ਜੀ ਸੋਇਲ ਸਾਇੰਸ ਲੁਧਿਆਣਾ ਦੇ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਜਿਸ ਦੇ ਵਿੱਚ ਇਹਨਾਂ ਵੱਲੋਂ ਲਿਖਿਆ ਗਿਆ ਜੀ ਅਪਲੀਕੇਸ਼ਨਾਂ ਦੀ ਮੰਗ ਕੀਤੀ ਗਈ ਹੈ ਜੀ ਜੋ ਕਿ ਤੁਸੀਂ ਪਲੇਨ ਪੇਪਰ ਦੇ ਉੱਤੇ ਆਪਣਾ ਬਾਇਓ ਡਾਟਾ ਲਿਖਣਾ ਹੈਗਾ ਜਿਸ ਦੇ ਵਿੱਚ ਨੇਮ ਐਡਰੈਸ ਏਜ ਐਜੂਕੇਸ਼ਨਲ ਕੁਆਲਿਫਿਕੇਸ਼ਨ ਤੇ ਇੱਕ 100 ਰੁਪਏ ਦਾ ਡਿਮਾਂਡ ਡਰਾਫਟ ਕਰਾਉਣਾ ਜੀ ਅਗਰ ਤੁਸੀਂ ਇਤਾਂ ਪੋਸਟ ਅਧਿਕਾਰੀ ਅਪਲਾਈ ਕਰਨ ਜਾ ਰਹੇ ਹੋ ਜੋ ਕਿ ਡਿਮਾਂਡ ਡਰਾਫਟ ਹੋਵੇਗਾ ਜੀ ਕੰਟਰੋਲਰ ਪੰਜਾਬ ਐਗਰਿਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਨਾਮ ਦੇ ਉੱਤੇ ਹੋਵੇਗਾ ਜੀ ਤੇ ਸਾਰੀਆਂ ਕਾਪੀਜ਼ ਤੁਸੀਂ ਭੇਜ ਦੇਣੀਆਂ ਨੇ ਜੀ ਜਿੱਦੇ ਵਿੱਚ ਹੈ ਜੀ ਇੱਕ ਪੋਸਟ ਅਨਾਉਂਸ ਕੀਤੀ ਗਿਆ ਜੂਨੀਅਰ ਫੀਲਡ ਅਤੇ ਲੈਬ ਹੈਲਪਰ ਦੀ ਪੋਸਟ ਅਨਾਉਂਸ ਕੀਤੀ ਗਿਆ ਜਿਸ ਦੇ ਵਿੱਚ ਤਨਖਾਹ ਦਿੱਤੀ ਜਾਵੇਗੀ ਜੀ 9908 ਰੁਪਏ ਪ੍ਰਤੀ ਮਹੀਨਾ ਇਹਦੇ ਵਿੱਚ ਲਿਖਿਆ ਗਿਆ ਕਿ ਇਨੀਸ਼ੀਅਲੀ ਜੀ ਇਹ ਪੋਸਟਾਂ 6 ਮੰਥ ਲਈ ਨੇ ਜੀ ਪ੍ਰੋਵਾਈਡਡ ਇਨ ਦਾ ਸਕੀਮ ਈਵੈਲੂਏਸ਼ਨ ਆਫ ਸਮ ਨਿਊਟ੍ਰੀਐਂਟਸ ਐਡੈਪਟਿਵਸ ਔਨ ਪ੍ਰੋਡਕਟਿਵਿਟੀ ਆਫ ਡਿਫਰੈਂਟ ਕ੍ਰੋਪਿੰਗ ਸਿਸਟਮਸ ਐਂਡ ਔਨ ਸੋਇਲ ਹੈਲਥ ਜੀ ਇਸ ਸਕੀਮ ਦੇ ਤਹਿਤ ਜੀ ਇਹ ਪੋਸਟ ਕੱਢੀ ਗਈ ਹੈ ਜਿਸ ਦੇ ਵਿੱਚ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ 8ਵੀਂ ਤੁਸੀਂ ਪਾਸ ਕੀਤੀ ਹੋਵੇ ਪੰਜਾਬੀ ਵਿਸ਼ੇ ਨਾਲ ਜੀ ਏਜ ਲਿਮਟ ਰੱਖੀ ਗਈ ਹੈ 18 ਤੋਂ 63 ਸਾਲ ਜੀ ਪ੍ਰੇਫਰੈਂਸ ਇਹਨਾਂ ਵੱਲੋਂ ਲਿਖੀ ਗਈ ਹੈ ਜੀ ਸਪੈਸ਼ਲੀ ਕਿ ਕੈਂਡੀਡੇਟਸ ਜਿਨ੍ਹਾਂ ਨੇ ਵਰਕਿੰਗ ਜਿਨ੍ਹਾਂ ਨੂੰ ਨੌਲੇਜ ਹੈ ਜੀ ਜਾਂ ਕੰਮ ਕੀਤਾ ਡੀਪੀਐਲਜ਼ ਦੇ ਵਿੱਚ ਐਜ਼ ਅ ਡੀਪੀਐਲਜ਼ ਇਨ ਦ ਰਿਸਪੈਕਟਿਵ ਫੀਲਡ ਇਨ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਫਾਰ 10 ਸਾਲਾਂ ਦੇ ਲਈ ਜੀ ਦ ਕੈਂਡੀਡੇਟਸ ਆਪਣੇ ਜੋ ਐਪਲੀਕੇਸ਼ਨਸ ਨੇ ਉਹ ਕੰਪਲੀਟ ਕਰਕੇ ਆਫਿਸ ਦੇ ਵਿਕੇ ਪਹੁੰਚਦੇ ਕਰਨੇ ਨੇ ਜੀ 10 ਚ 2023 ਤੱਕ ਜੀ ਅਤੇ origignal copies ਤੁਸੀਂ ਲੈ ਕੇ ਆਪਣੇ ਦਸਤਾਵੇਜ਼ ਦਿਆਂ origignal certificate ਲੈ ਕੇ ਜਾਣੇ ਨੇ ਜੋ ਕਿ ਸਿਲੈਕਸ਼ਨ ਕਮੇਟੀ ਦੇ ਕੋਲੇ ਲੈ ਕੇ ਜਾਣੇ ਨੇ 19 4 2023 ਤੋਂ ਪਹਿਲਾਂ ਪਹਿਲਾਂ ਜੀ ਪਹਿਲਾਂ ਨਹੀਂ ਇਹਨਾਂ ਵੱਲੋਂ ਲਿਖਿਆ ਗਿਆ ਹੈ ਕਿ 19 4 2023 11 ਵਜੇ ਤੁਸੀਂ ਪਹੁੰਚਣਾ ਹੈਗਾ ਪਹਿਲਾਂ ਤੁਸੀਂ ਇਹਨਾਂ ਵੱਲੋਂ ਪਹਿਲਾਂ ਨਹੀਂ ਲਿਖਿਆ ਗਿਆ ਇਹਨਾਂ ਵੱਲੋਂ ਲਿਖਿਆ ਗਿਆ ਕਿ ਸਿਲੈਕਸ਼ਨ ਕਮੇਟੀ ਦੇ ਅੱਗੇ ਪੇਸ਼ ਹੋਣਾ ਤੁਸੀਂ 19 4 2023 11 ਵਜੇ ਜੀ ਜੋ ਕਿ ਆਫਿਸ ਦੇ ਵਿੱਚੋਂ ਜਾਣਾ ਹੈਗਾ ਕੋਈ ਟੀਏ ਡੀਏ ਨਹੀਂ ਦਿੱਤਾ ਜਾਵੇਗਾ ਜੀ ਐਪਲੀਕੇਸ਼ਨਾਂ ਜੋ ਮਿਲਣਗੀਆਂ ਜੀ ਡੇਟ ਜੋ ਦਿੱਤੀ ਹੋਈ ਉਸ ਤੋਂ ਬਾਅਦ ਉਹਨਾਂ ਨੂੰ ਵਿਚਾਰਿਆ ਨਹੀਂ ਜਾਏਗਾ ਜੀ ਇਹ ਸੀ ਅੱਜ ਦੀਆਂ ਪੋਸਟਾਂ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਆ ਕਰਿਓ ਕਿਉਂਕਿ ਅਸੀਂ ਬਹੁਤ ਮਿਹਨਤ ਨਾਲ ਤੁਹਾਡੇ ਲਈ ਪੋਸਟਾਂ ਲੱਭ ਕੇ ਲਿਆ ਕੇ ਉਸ ਤੋਂ ਬਾਅਦ ਵੀਡੀਓ ਬਣਾਉਣਾ ਹੈ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇਹ ਸਾਰੀਆਂ ਟਰਮ ਐਂਡ ਕੰਡੀਸ਼ਨ ਚ ਚੰਗੀ ਤਰ੍ਹਾਂ ਤੁਸੀਂ ਇਹ ਨੋਟੀਫਿਕੇਸ਼ਨ ਪੜ੍ਹ ਕੇ ਫਿਰ ਹੀ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰਾਖਾ